ਬੱਚਿਆਂ ਨੂੰ ਸਿਖਾਇਆ, ਪੰਜਾਬੀ ਵੀ ਸਿਖਾਈ, ਵੱਡਿਆਂ ਤਾਂ ਸਿੱਖੀ ਆ, ਜਿਹੜੇ ਫਿਰ ਛੋਟੇ ਸੀ ਮੇਰੀਆਂ ਦੋ ਲੜਕੀਆਂ, ਉਹਨਾਂ ਨੇ ਫਿਰ ਇੱਦਾਂ ਸੀਗਾ ਕਿ ਉਹ ਉੱਥੇ ਪੰਜਾਬੀ ਸਕੂਲਾਂ ਦੇ ਵਿੱਚੋਂ ਹਟਾ ਕੇ ਤਾਂ ਮੈਂ ਸੁਹੇਲੀ ਲਾ ਦਿੱਤੀ ਸੀਗੀ ਅਤੇ ਸੁਹੇਲੀ ਪੜ੍ਹਾਉਣੀ ਆ ਉਹਨਾਂ ਨੂੰ, ਛੋਟਿਆਂ ਨੂੰ ਥੋੜ੍ਹੀ ਥੋੜ੍ਹੀ ਆਈ ਆ। ਵੈਸੇ ਉਹਨਾਂ ਨੇ ਫਿਰ ਇਸ ਗੁਰਦੁਆਰੇ ਜਿੱਦਾਂ ਇੱਥੇ ਜਾਂਦੇ ਬੱਚੇ ਪੜ੍ਹਨ ਵਾਸਤੇ ਉੱਥੇ ਜਾਂਦੇ ਸੀਗੇ, ਵੱਡਿਆਂ ਨੂੰ ਤਾਂ ਆਉਂਦੀ ਆ, ਕੁੜੀਆਂ ਨੂੰ ਮੁੰਡਿਆਂ ਨੂੰ ਸਾਰਿਆਂ ਨੂੰ ਆਉਂਦੀ ਹੈਗੀ। ਅਤੇ ਬਾਅਦ 'ਚ ਫਿਰ ਪਤਾ ਹੀ, ਬਚਪਨ 'ਚ ਸਿੱਖ ਲਓ ਵੱਡੇ ਹੋ ਕੇ, ਫਿਰ ਬੱਚੇ ਨਹੀਂ ਸਿੱਖਦੇ ਹੈਗੇ। ਥੋੜ੍ਹਾ ਥੋੜ੍ਹਾ ਵੱਡੀਆਂ ਤਾਂ ਕੀਰਤਨ ਵੀ ਕਰ ਲੈਂਦੀਆਂ ਸੀਗੀਆਂ, ਛੋਟੀਆਂ ਨੂੰ ਨਹੀਂ ਸਿੱਖਿਆ ਕੁਛ ਵੀ। ਨਹੀਂ ਪੜ੍ਹਾਈ ਤਾਂ ਉੱਥੋਂ ਕਰਕੇ ਆਏ ਸੀ, ਕਹਿੰਦੀ ਤੂੰ ਸਾਰੇ ਬੱਚੇ ਪੜ੍ਹ ਕੇ ਆਏ ਸੀ ਇੱਥੇ ਆ ਕੇ, ਤਾਂ ਫਿਰ ਵਿਆਹ ਕੀਤੇ ਉਹਨਾਂ ਦੇ, ਬਸ ਆਪੋ ਆਪਣੇ ਕਰੀ ਚਲੀ ਗਈ, ਫਿਰ ਨਹੀਂ ਪੜ੍ਹੇ ਇੱਥੇ। ਲੜਕਾ ਮੇਰਾ ਛੋਟਾ ਦੁਕਾਨ ਦਾ ਵੀ ਕੰਮ ਕਰਦਾ ਸੀਗਾ, ਘੜੀਆਂ ਦਾ ਵੀ ਸਾਰਾ, ਫਿਰ ਹੁਣ ਪਟੀਸ਼ਨ ਦਾ ਵੀ ਕੀਤਾ ਆ ਅਤੇ ਹੁਣ ਕੰਮ ਕਰਦਾ ਬਾਹਰ, ਪਟੀਸ਼ਨ ਦਾ ਵੀ ਕੰਮ ਕਰਦਾ ਨਾਲ, ਬਾਕੀ ਸਾਰਾ ਕੰਮ ਕਰਦਾ ਵੀ, ਰਿਪੇਅਰ ਘੜੀਆਂ ਦਾ, ਜੂਲਰੀ ਵਗੈਰਾ, ਸਾਰੀ ਸ਼ੋਪ ਸਾਡੀ ਸੀਗੀ ਨਾ, ਅਤੇ ਉਹ ਸਾਰਾ ਕੰਮ ਉੱਥੇ ਕਰਦਾ ਸੀਗਾ ਅਤੇ ਹੁਣ ਬਾਹਰ ਕੰਮ ਕਰਦਾ।